ਭਾਜਪਾ ਦੇ ਲੋਕ ਸਭਾ ਉਮੀਦਵਾਰ ਰਮਨੀਤ ਬਿੱਟੂ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਨ 'ਤੇ ਕਾਂਗਰਸ ਉੱਤੇ ਤੰਜ ਕੱਸਿਆ ਹੈ। ਬਿੱਟੂ ਨੇ ਕਿਹਾ ਕਿ ਕਾਂਗਰਸ ਲਈ ਇਹ ਬਹੁਤ ਹੈਰਾਨ ਕਰਨ ਦੀ ਗੱਲ ਹੈ ਕਿ ਲੋਕ ਸਭਾ ਚੋਣਾਂ ਲੜਨ ਲਈ ਉਹਨਾਂ ਲੁਧਿਆਣਾ ਤੋਂ ਕੋਈ ਵੀ ਸਥਾਨਕ ਆਗੂ ਨਹੀਂ ਮਿਲਿਆ। ਇਹ ਲੁਧਿਆਣਾ ਦੇ ਸਮੁੱਚੇ ਕਾਂਗਰਸ ਪਾਰਟੀ ਕੇਡਰ ਲਈ ਸਦਮੇ ਦੀ ਗੱਲ ਹੈ ਕਿ ਪਾਰਟੀ ਨੂੰ ਪੰਜਾਬ ਦੀ ਸਥਾਨਕ ਰਾਜਨੀਤੀ ਵਿੱਚੋਂ ਕੋਈ ਵੀ ਆਗੂ ਨਹੀਂ ਮਿਲਿਆ, ਇਸ ਲਈ ਪਾਰਟੀ ਪ੍ਰਧਾਨ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਰਾਜਾ ਵੜਿੰਗ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਲੁਧਿਆਣਾ ਆਏ ਹਨ ਅਤੇ ਛੁੱਟੀਆਂ ਮਨਾ ਕੇ ਚਲੇ ਜਾਣਗੇ। ਸਿਰਫ ਲੁਧਿਆਣੇ 'ਚ ਕਾਂਗਰਸ ਪਾਰਟੀ ਆਪਣੇ ਉਰੇ ਚੰਗਾ ਪੈਸਾ ਲੁੱਟਣ ਨੂੰ, ਚੰਗੇ ਆਰਾਮ ਹਰ ਚੀਜ਼ ਦਾ ਮਾਨਣ ਲਈ, ਉਹ ਸਮਝ ਲਓ ਇੱਕ ਗਰਮੀਆਂ ਦੀਆਂ ਛੁੱਟੀਆਂ 'ਤੇ ਆਏ ਆ। ਗਰਮੀਆਂ ਦੀ ਹੋਲੀਡੇਜ਼ ਜਿਹੜੀ ਹੁੰਦੀ ਆ ਨਾ, ਉਹ ਹੋਲੀਡੇ ਮਨਾਉਣ ਆਏ ਆ ਅਤੇ ਉਹ ਛੁੱਟੀਆਂ ਮਨਾ ਕੇ ਚਲੇ ਜਾਣਗੇ ਇੱਕ ਤਰੀਕ ਨੂੰ। ਮੈਂ ਬਿਲਕੁਲ ਕਦੇ ਵੀ ਰਾਜਾ ਵੜਿੰਗ ਦੀ ਗੱਲ ਨਹੀਂ ਕਰੂੰਗਾ। ਗੱਲ ਆ ਕਾਂਗਰਸ ਦੀ, ਕਾਂਗਰਸ ਇਸ ਵੇਲੇ ਬਿਲਕੁਲ ਨਿਬੜ ਚੁੱਕੀ ਆ। ਕਾਂਗਰਸ ਪਾਰਟੀ ਦੇ ਕੱਲ੍ਹ ਦਿੱਲੀ ਦੇ ਪ੍ਰਧਾਨ ਜਿਹੜੇ ਆ ਰਿਜ਼ਾਈਨ ਦੇ ਕੇ ਚਲੇ ਗਏ। ਕਾਂਗਰਸ ਪਾਰਟੀ ਮਤਲਬ ਤੁਸੀਂ ਅੰਦਾਜ਼ਾ ਲਾਓ, ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਕੇ ਚੰਡੀਗੜ੍ਹ ਵਰਗੀ ਸੀਟ ਉੱਤੇ ਅਲਾਇੰਸ ਕੀਤਾ ਹੈ, ਕੁਰੂਕਸ਼ੇਤਰ 'ਚ ਅਲਾਇੰਸ ਕੀਤਾ ਹੈ, ਦਿੱਲੀ 'ਚ ਬੜੇ ਬੜੇ ਸੰਦੀਪ ਦੀਕਸ਼ਿਤ ਜੀ, ਸ਼ੀਲਾ ਦੀਕਸ਼ਿਤ ਅਤੇ ਬੇਟੇ ਲਵਲੀ ਜੀ, ਉਹੋ ਜਿਹੇ ਛੱਡ ਤੇ, ਸਿਰਫ ਸਮਝੌਤਾ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨਾਲ ਕਰ ਲਿਆ। ਅਤੇ ਤੁਸੀਂ ਆਪ ਅੰਦਾਜ਼ਾ ਲਓ ਕਾਂਗਰਸ ਦੇ ਪੱਲੇ ਕੀ ਆ, ਜਿਹੜੀ ਇੱਕ ਇੰਨੀ ਕੁ ਪਾਰਟੀ ਜਿਹਦੇ ਨਾਲ ਅਲਾਇੰਸ ਕਰਕੇ ਉਹ ਲੜ ਰਹੇ ਨੇ। ਜੇ ਕਾਂਗਰਸ ਦੇ ਪੱਲੇ ਹੁੰਦਾ ਕੁਛ ਤਾਂ ਉਹ ਅਲਾਇੰਸ ਕਰਕੇ ਲੜਦੇ। ਇਸ ਕਰਕੇ ਇਹ ਕੰਧ 'ਤੇ ਲਿਖਿਆ ਹੈ ਵੀ ਉਹਨਾਂ ਦਾ ਵਿਚਾਰਿਆਂ ਦੇ ਪੱਲੇ ਨਹੀਂ ਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਿਹਾੜ ਜੇਲ੍ਹ ਵਿੱਚ ਬੰਦ, ਦੂਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ 30 ਅਪ੍ਰੈਲ ਨੂੰ ਮੁਲਾਕਾਤ ਕਰਨਗੇ। ਇਸ ਤਰ੍ਹਾਂ ਭਗਵੰਤ ਮਾਨ ਦੂਜੀ ਵਾਰ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਦੋਵੇਂ ਨੇਤਾ 15 ਅਪ੍ਰੈਲ ਨੂੰ ਮਿਲੇ ਸਨ, ਜਦੋਂ ਭਗਵੰਤ ਮਾਨ ਨੇ ਦੱਸਿਆ ਸੀ ਕਿ ਉਹਨਾਂ ਦੀ ਮੀਟਿੰਗ ਟੈਲੀਫੋਨ 'ਤੇ ਕਰਵਾਈ ਗਈ। ਇਸ ਤੋਂ ਪਹਿਲਾਂ 15 ਅਪ੍ਰੈਲ ਨੂੰ ਹੋਈ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਸਹੀ ਢੰਗ ਨਾਲ ਮਿਲਣ ਨਾ ਦੇਣ ਦੇ ਦੋਸ਼ ਲਗਾਏ ਗਏ ਸਨ। ਉਹ ਕੇਜਰੀਵਾਲ ਨੂੰ ਜੰਗਲੇ ਰਾਹੀਂ ਮਿਲੇ ਸੀ। ਤਿਹਾੜ ਜੇਲ੍ਹ ਵਿੱਚ ਕੇਜਰੀਵਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਭਗਵੰਤ ਮਾਨ ਬਾਹਰ ਆਇਆ ਅਤੇ ਕਿਹਾ ਸੀ ਕਿ ਉਹਨਾਂ ਨੂੰ ਸਿਰਫ 30 ਮਿੰਟ ਲਈ ਹੀ ਮਿਲਣ ਦਿੱਤਾ ਗਿਆ। 30 ਤਰੀਕ ਨੂੰ 12:30 ਵਜੇ ਮੇਰੀ ਮੁਲਾਕਾਤ ਹੈ ਅਰਵਿੰਦ ਕੇਜਰੀਵਾਲ ਸਾਹਿਬ ਨਾਲ। ਮੈਂ ਆਹ ਸਾਰਾ ਜਿਹੜਾ ਤੁਹਾਡਾ ਪਿਆਰ, ਅੱਜ ਜੋਸ਼ ਅਤੇ ਹੋਸ਼ ਜਿਹੜਾ ਤੁਸੀਂ ਦੋਨੇ ਦਿਖਾ ਰਹੇ ਹੋ, ਇਹ ਮੈਂ ਜਾਣਸਾਰ ਸਭ ਤੋਂ ਪਹਿਲਾਂ ਜਾ ਕੇ ਦੱਸੂੰਗਾ ਕਿ ਤੁਸੀਂ ਠੀਕ ਹੈ, ਇੱਕ ਵਿਅਕਤੀ ਨੂੰ ਅੰਦਰ ਕਰਤਾ ਪਰ ਤੁਹਾਡੀ ਸੋਚ ਨੂੰ ਅੰਦਰ ਨਹੀਂ ਕਰ ਸਕਦੇ। ਤੁਹਾਡੀ ਸੋਚ ਬਰਨਾਲੇ ਦੇ ਗਲੀਆਂ ਤੇ ਸੜਕਾਂ ਦੇ ਵਿੱਚ ਗੂੰਜ ਰਹੀ ਸੀ ਦੋ ਨਾਰੇ ਲਾ ਕੇ। ਕਾਂਗਰਸ ਨੇ ਪੰਜਾਬ ਦੀਆਂ ਰਹਿੰਦੀਆਂ ਸੀਟਾਂ ਉੱਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸਾਬਕਾ ਉਪ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਰੰਧਾਵਾ ਮਾਝੇ ਦੇ ਪ੍ਰਮੁੱਖ ਕਾਂਗਰਸੀ ਆਗੂ ਹਨ, ਕਈ ਵਾਰ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ, ਇਸ ਵਾਰ ਉਹ ਪਹਿਲੀ ਵਾਰ ਲੋਕ ਸਭਾ ਚੋਣਾਂ ਲੜਨਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਚੋਣ ਮੈਦਾਨ ਵਿੱਚ ਉਤਰਨਗੇ, ਉਹ ਰਮਨੀਤ ਬਿੱਟੂ ਨੂੰ ਟੱਕਰ ਦੇਣਗੇ। ਇਸ ਤੋਂ ਇਲਾਵਾ ਖਡੂਰ ਸਾਹਿਬ ਤੋਂ ਕੁਲਵੀਰ ਸਿੰਘ ਜੀਰਾ, ਸ੍ਰੀ ਅਨੰਦਪੁਰ ਸਾਹਿਬ ਤੋਂ ਵਿਜੇਇੰਦਰ ਸਿੰਘ ਨਾਲ ਟਿਕਟ ਦਿੱਤੀ ਗਈ ਹੈ। ਦੱਸੀ ਕਿ ਪੰਜਾਬ ਕਾਂਗਰਸ ਨੇ ਪੰਜਾਬ ਦੇ ਉਮੀਦਵਾਰਾਂ ਦੀ ਅਗਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਖਡੂਰ ਸਾਹਿਬ ਤੋਂ ਕੁਲਵੀਰ ਜੀਰਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਟਿਕਟ ਦਿੱਤੀ ਗਈ ਹੈ। ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਗਈ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਵਿਜੇਇੰਦਰ ਸਿੰਗਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਅਤੇ ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਉਹ ਰਮਨੀਤ ਬਿੱਟੂ ਨੂੰ ਟੱਕਰ ਦੇਣਗੇ। ਮੈਂ ਲੜ ਰਿਹਾ, ਤੁਸੀਂ ਦੇਖਦੇ ਹੋਵੋਗੇ, ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਜੇਲ੍ਹ 'ਚ ਕਰਤਾ। ਇਹਨਾਂ ਨੂੰ ਲੱਗਦਾ ਪਤਾ ਨਹੀਂ ਇੱਕ ਬੰਦੇ ਨੂੰ ਜੇਲ੍ਹ 'ਚ ਕਰਕੇ ਅਸੀਂ ਪਾਰਟੀ ਖਤਮ ਕਰ ਦਾਂਗੇ, ਪਰ ਕੇਜਰੀਵਾਲ
ਇੱਕ ਵਿਅਕਤੀ ਨਹੀਂ ਹੈਗਾ, ਕੇਜਰੀਵਾਲ ਇੱਕ ਸੋਚ ਦਾ ਨਾਮ ਹੈ, ਉਹਨੂੰ ਤਾਂ ਅੰਦਰ ਕਰ ਦੋਗੇ, ਆਹ ਜਿਹੜੇ ਹਜ਼ਾਰਾਂ ਉਹਦੀ ਸੋਚ ਵਾਲੇ ਫਿਰਦੇ ਆ ਉਹਨਾਂ ਨਾਲ ਕੀ ਕਰੋਗੇ? ਵੀਰ ਆਉਣ ਵਾਲੇ ਦਿਨਾਂ 'ਚ ਬੜੀਆਂ ਲੜਾਈਆਂ ਲੜਨੀਆਂ ਪਈਆਂ, ਪਹਿਲਾਂ ਸਪੀਕਰ ਨਾਲ ਮੈਂ ਲੜ ਰਿਹਾ, ਜਿਹੜਾ ਤਾਹਾਂ ਵਾਲਾ, ਗਵਰਨਰ ਨਾਲ ਮੈਂ ਲੜ ਰਿਹਾ, ਸੁਪਰੀਮ ਕੋਰਟ 'ਚ ਮੈਨੂੰ ਜਾਣਾ ਪੈ ਰਿਹਾ ਪੰਜਾਬ ਦੇ ਪੈਸੇ ਲੈਣ ਵਾਸਤੇ, ਸੈਂਟਰ ਨਾਲ ਮੈਂ ਲੜ ਰਿਹਾ, ਜਿੰਨੇ ਪੰਜਾਬ ਵਿਰੋਧੀ ਨੇ ਕਾਂਗਰਸੀ ਸਭ ਨਾਲ ਮੈਂ ਲੜ ਰਿਹਾ। ਮੈਂ ਕੋਈ ਲੜਾਈ ਤੋਂ ਭੱਜਦਾ ਨਹੀਂ, ਪਰ ਥੋੜ੍ਹਾ ਜਿਹਾ ਸੋਚ ਲਿਓ, ਮੈਂ ਇਕੱਲਾ ਨਾ ਰਹਿ ਜਾਂ ਕਿਤੇ, ਤੂੰ ਤੁਹਾਡਾ ਸਾਥ ਚਾਹੀਦਾ। ਮੈਨੂੰ 13 ਹੱਥ ਦੇ ਦਿਓ ਜਿਹੜੇ ਮੁੱਠੀ ਮੀਚ ਕੇ ਇਨਕਲਾਬ ਦਾ ਜਿੰਦਾ ਪਾਰਲੀਮੈਂਟ ਚ ਲਾਉਣ, ਮੈਨੂੰ 13 ਉਹ ਜ਼ੁਬਾਨਾਂ ਦੇ ਦਿਓ ਜਿਹੜੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਭਾਰਤ ਦੀ ਪਾਰਲੀਮੈਂਟ ਹਿਲਾ ਦੇਣ, ਫਿਰ ਮਜਾਲ ਹੈ ਕਿਸੇ ਦੀ ਕਿ ਇੱਕ ਰੁਪਈਆ ਵੀ ਸਾਡੇ ਪੰਜਾਬ ਦਾ ਕੋਈ ਇੱਥੇ ਰੱਖ ਕੇ ਦਿਖਾ ਜਾਵੇ। ਆਪਣੇ ਪੁੱਤ ਨੂੰ, ਆਪਣੇ ਛੋਟੇ ਵੱਡੇ ਭਾਈ ਨੂੰ ਇਕੱਲਾ ਨਾ ਰਹਿਣ ਦਿਓ, ਲੜਾਂਗੇ ਇਹਨਾਂ ਨਾਲ ਔਰ ਬਦਲ ਦਾਂਗੇ। 2 ਸਾਲਾਂ 'ਚ ਬਦਲ ਤਾਂ ਆਪਾਂ ਨੇ ਬਹੁਤ ਕੁਛ। ਵੀਰੋ ਅੱਜ ਰੋਪੜ ਆ ਕੇ ਮੈਨੂੰ ਆ ਖੁਸ਼ੀ ਹੋਈ ਹੈ ਕਿ ਤੁਸੀਂ ਤਾਂ ਤਿਆਰ ਬੈਠੇ ਹੋ, ਮੈਨੂੰ ਤਾਂ ਲੱਗਦਾ ਕਈ ਤਾਂ ਇੰਨੇ ਵੀ ਕਾਲੇ ਹੋਣੇ, ਜਿਹੜਾ ਅੱਜ ਨਹੀਂ ਵੋਟਾਂ ਪੈ ਸਕਦੀਆਂ, ਮਸ਼ੀਨ ਦਾ ਬਟਨ ਦੱਬਣ ਨੂੰ ਕਾਲੇ ਹੋਏ ਪਏ ਆ। ਤੁਸੀਂ ਬਹੁਤ ਉੱਥੋਂ ਲੈ ਕੇ ਬੜੇ ਨਾਅਰੇ ਲਾਏ, ਬੜੇ ਜੋਸ਼ ਨਾਲ ਚੀਕਾਂ ਮਾਰੀਆਂ, ਭੜਾਸ ਕੱਢੀ। ਮੈਂ ਹਰੇਕ ਪ੍ਰੋਗਰਾਮ 'ਤੇ 15 ਤੋਂ 20 ਸਕਿੰਟ ਲੋਕਾਂ ਵੱਲ ਨੂੰ ਮੈਕ ਕਰ ਦਿੰਦਾ ਹੁੰਦਾ ਤਾਂ ਕਿ 70 ਸਾਲ ਦੀ ਜਿਹੜੀ ਭੜਾਸ ਹੈ, 3 ਪੀੜ੍ਹੀਆਂ ਦੀ ਭੜਾਸ ਹੈ, ਉਹ ਨਿਕਲ ਸਕੇ। ਲੈ ਹੁਣ ਤੁਹਾਨੂੰ ਮੌਕਾ ਦੇ ਦਿੰਦੇ ਹਾਂ, ਚੀਕਾਂ ਮਾਰ ਲਓ, ਨਾਅਰੇ ਲਾ ਲਓ, ਜੋ ਦਿਲ 'ਚ ਆਉਂਦਾ ਕਰ ਲਓ। ਮੇਰੇ ਵੀਰੋ, ਇਹ ਵਿਰੋਧੀ ਪਾਰਟੀ ਵਾਲਿਆਂ ਨੂੰ ਪਤਾ ਲੱਗ ਗਿਆ, ਮੈਂ ਜਾਇਆ ਆਇਆ ਸਾਰੇ ਪਾਸੇ, ਬੱਦਲ ਬਾਈ 13-0 ਵਾਲੀ ਬੱਦਲ ਬਾਈ ਆ, ਤੁਸੀਂ ਦੇਖਦੇ ਜਾਓ ਹੁੰਦਾ ਕੀ ਆ। ਗੁਰਦਾਸਪੁਰੀਏ ਵੀ ਤਿਆਰ ਨੇ, ਅੰਮ੍ਰਿਤਸਰੀਏ ਵੀ ਤਿਆਰ ਨੇ, ਖਡੂਰ ਸਾਹਿਬ ਵਾਲੇ ਵੀ ਤਿਆਰ ਨੇ, ਬਾਗੇ ਪੁਰਾਣੇ ਫਰੀਦਕੋਟ ਵਾਲੇ ਵੀ ਤਿਆਰ ਨੇ, ਫਿਰੋਜ਼ਪੁਰ ਵਾਲੇ ਵੀ ਤਿਆਰ ਨੇ, ਜਲੰਧਰ ਵਾਲੇ ਵੀ ਤਿਆਰ ਨੇ, ਸੰਗਰੂਰ ਵਾਲੇ ਵੀ ਤਿਆਰ ਨੇ, ਲੁਧਿਆਣੇ ਵਾਲੇ ਵੀ ਤਿਆਰ ਨੇ, ਅਤੇ ਅੱਜ ਆਨੰਦਪੁਰ ਸਾਹਿਬ ਵਾਲੇ ਵੀ ਤਿਆਰ ਬੈਠੇ ਨੇ। ਦੇਖੋ, ਮੈਂ ਤਾਂ ਵਿਧਾਨ ਸਭਾ ਦੇ ਸਾਡੇ ਡਿਪਟੀ ਸਪੀਕਰ ਸਾਹਿਬ ਬੈਠੇ ਆ, ਤੁਹਾਡੇ ਆਪਣੇ MLA ਚੱਡਾ ਸਾਹਿਬ ਨੇ, ਤੁਹਾਡੇ ਆਪਣੇ ਮੰਤਰੀ ਸਾਹਿਬਾਨ ਨੇ, ਹਰਜੋਤ ਬੈਂਸ ਜੀ, ਸਾਡੇ ਅਨਮੋਲ ਗਗਨਮਾਨ, ਸਾਡੇ ਸਾਰੇ ਤੁਸੀਂ ਬਣਾਏ ਹੋਏ ਲੀਡਰ ਨੇ। ਅਸੀਂ ਕੌਣ ਆ? ਅਸੀਂ ਤਾਂ ਆਮ ਘਰਾਂ ਦੇ ਧੀਆਂ ਪੁੱਤ। ਵੀਰੋ, ਇਹ ਵਿਧਾਨ ਸਭਾ 'ਚ ਕੀ ਕਰਦੇ ਸੀ? ਬੋਲ ਕੇ ਨਿਕਲ ਜਾਂਦੇ ਸੀ, ਘਰੇ ਚਾਹ ਵੜਦੇ, ਜਾ ਕੇ ਸੌਂ ਜਾਂਦੇ ਸੀ, ਜਾਂ ਫਿਰ ਮੇਰੇ ਵਿਰੁੱਧ ਨਾਅਰੇ ਲਾ ਕੇ ਸਾਰੇ ਬਾਈਕਾਟ ਕਰ ਜਾਂਦੇ ਸੀ। ਇੱਕ ਦਿਨ ਮੈਂ ਜਿੰਦਾ ਲੈ ਗਿਆ, ਔਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਇਹ ਗੱਲ ਇੱਥੇ ਆ ਕੇ ਦੱਸੀ ਜਾ ਸਕਦੀ ਹੈ। ਵੀਰੋ, ਉਹ ਨਾ ਜਿਹੜਾ ਨਿਊ ਚੰਡੀਗੜ੍ਹ ਵਾਲੇ ਪਾਸੇ ਮੁੱਲਾਂਪੁਰ ਪੈਂਦਾ, ਜਿੱਥੇ ਮੈਚ ਹੁੰਦੇ ਆ, ਮੁੱਲਾਂਪੁਰ ਗਰੀਬਦਾਸ, ਉਹ ਜਿੰਦਾ ਨਾ ਉੱਥੇ ਇੱਕ ਦੁਕਾਨ ਤੋਂ ਲੈ ਕੇ ਗਏ ਸੀ। ਮੈਂ ਕਾਰਨ ਇਹਦਾ ਦੱਸ ਦਿੰਦਾ ਕਿ ਰੋਪੜ ਦੇ ਜਿੱਦੇ ਮਸ਼ਹੂਰ ਹੈ ਬਹੁਤ। ਸੋ ਰੋਪੜੀ ਜਿੰਦਾ ਲੈ ਕੇ ਗਿਆ ਸੀ ਉੱਥੇ ਮੈਂ,
ਰੋਪੜੀ ਜਿੰਦਾ ਜਿੱਥੇ ਲੱਗ ਗਿਆ ਫਿਰ ਮੁੜ ਕੇ ਨਹੀਂ ਖੁੱਲਦਾ।